41st ਕੱੜ ਕੇ ਸੱਤਕੇ ਅੱਟ ਦੀ ਅਜੇ ਜਿੱਥੇ ਅੱਠ ਦੇ ਵਿੱਚ ਹੁੰਨੀ ਹੈ ਮੇਰੀ ਤਾਂ ਜੀ ਹੈ ਹੀ ਨਹੀਂ ਅਜੇ ਕਾ ਪਹਿਲਾਂ ਫਰਸਟ ਗੱਡੀ ਲੈਣੀ ਆ ਜੀ ਮਮਾ ਨੇ ਵੀ ਨਹੀਂ ਲਈ ਸੀ I've never got a car bought a car ever ਅੱਛਾ ਇਦਾਂ ਹੀ ਆਪਾਂ ਦਾ ਵਿਚਾਰੇ ਗਰੀਬ ਨਮਾਣੇ ਚਲੋ ਇਦਾਂ ਸਰੀ ਜਾਂਦਾ ਇਦਾਂ ਹੀ ਸਰੀ ਜਾਂਦਾ ਸਾਡਾ ਤਾਂ ਜੀ ਦੋ ਚਾਰ ਗਰੀਬ ਇਦਾਂ ਦੇ ਹੋਰ ਹੋਣ ਨਾ ਵਾਹ ਦੇਖੋ ਇੰਨੇ ਸੋਹਣੇ ਸੋਹਣੇ ਗਰੀਬ ਨੋ ਗੱਡੀ ਸੈਕਿੰਡਲੀ ਯਾਦ ਆ ਮੈਨੂੰ ਬਸ ਮਮਾ ਨੇ ਮੇਰੇ ਆਈ ਥਿੰਕ 15th ਬਰਥਡੇ ਤੇ ਮੈਨੂੰ ਮੈਂ ਨਾ ਬਹੁਤ ਟੌਮ ਬॉयਸ਼ ਰਹੀ ਆ ਸ਼ੁਰੂ ਤੋਂ ਤੇ ਮੈਨੂੰ ਹਜੇ ਵੀ ਰਹੀ ਆ ਬੋਲਣਾ ਬਹੁਤ ਔਖਾ ਮੈਨੂੰ ਹੀ ਪਤਾ ਮੈਂ ਇੰਟਰਵਿਊਸ ਤੇ ਕਿੰਨਾ ਬੋਲਦੀ ਆ ਤੇ ਤੇ ਮੈਨੂੰ ਨਾ ਉਦੋਂ ਕੁੜੀਆਂ ਲੈਂਦੀ ਸੀ ਲੇਡੀ ਬਰਡ ਉਦੋਂ ਬੜੀ ਚੱਲਦੀਆਂ ਸੀ ਪਿੰਕ ਪਰਪਲ ਕਲਰ ਵਾਲੀਆਂ ਤੇ ਮੈਨੂੰ ਪਸੰਦ ਆਈ ਹੋਈ ਸੀ ਇੱਕ ਰੇਂਜ ਕੁਛ ਲਾਲ ਰੰਗ ਦੀ ਇਦਾਂ ਮੁੰਡਿਆਂ ਵਾਲੀ ਸਾਈਕਲ ਹੀ ਪੂਰੀ ਪ੍ਰੋਪਰ ਤੇ ਮੈਂ ਉਹ ਮੇਰਾ ਬڑا ਜੀ ਸੀ ਉਹ ਜਿਸ ਦਾ ਮम्मा ਨੇ ਲੈ ਕੇ ਦਿੱਤੀ ਸੀ ਮੈਨੂੰ ਮੈਨੂੰ ਉਹ ਅੱਜ ਤੱਕ ਯਾਦਾ ਤੇ ਮੇਰੇ ਨਾਲ ਦੀ ਸਾਰੀਆਂ ਗਰੁੱਪ ਚ ਜਿਹੜੀਆਂ ਕੁੜੀਆਂ ਮੈਂ 올 ਗਰਲ ਸਕੂਲ ਚ ਪੜੀਆਂ ਤੇ ਜਿਹੜੀਆਂ ਕੁੜੀਆਂ ਉਹ ਸਾਰੀ ਲੇਡੀ ਬਰਡ ਤੇ ਤੇ ਮੇਰੀ ਇਕੱਲੀ ਦੈਂਤ ਜਿਹਦਾ ਐਡੀ ਉਹ ਸੈਕਲਿਓ ਰੀਸਾਈਕਲ ਡੂ ਯਾ ਆਈ ਵਾਸ ਵੈਰੀ ਲਾਈਕ ਹੈਵੀ ਤੇ ਬਹੁਤ ਬਲਕੀ ਤਾਂ ਮੈਂ ਬਹੁਤ ਲਾਈਕ ਆਵ ਬਿਨ ਲਾਈਕ ਕੀ ਕਰਦਾ ਕਿੱਥੇ ਨਾ ਆ ਗਿਆ ਏਦਾਂ ਕਾਈਨੋ ਫੋਰਸ ਹਜੇ ਵੀ ਸਾਮ ਕੇ ਰੱਖਿਆ ਹੋਇਆ ਉਹ ਨਹੀਂ ਹੁਣ ਤਾਂ ਵਿਚਾਰਾ ਪਤਾ ਨਹੀਂ ਤੁਹਾਡੀ ਸੇਮ ਨਹੀਂ ਰਿਹਾ ਹੁਣ ਤਾਂ ਪਤਾ ਨਹੀਂ ਕਿਹੜੀ ਤੀਰਜ ਤੁਹਾਡੀ ਫਰਸਟ ਗੱਡੀ ਕਿਹੜੀ ਸੀ ਹਾਂ ਸਰ ਮੇਰੇ ਫਾਦਰ ਸਾਹਿਬ ਨੇ ਮੇਰੇ ਯੋਰ ਲਾਉਣ ਤੇ ਜਿਆਦਾ ਮਰੂਤੀ 800 ਲਈ ਸੀਗੀ ਤੇ ਉਹ ਇੱਕ ਉਹਦੀ ਛੋਟੀ ਯਾਦ ਹੈ ਸੇਮ ਭਾਜੀ ਨੂੰ ਕਿ ਉਹ ਨਾ ਮੇਰੇ ਮੈਂ ਉਹਦਾ ਛੋਟਾ ਸੀ ਪਰ ਮੈਂ ਲੈ ਜਾਂਦਾ ਸੀ ਕਈ ਵਾਰੀ ਬਿਨਾ ਪੁੱਛੇ ਵੀ ਤੇ ਮਾਤਾ ਨੇ ਕਿਹਾ ਵੀ ਨਾ ਖੜੀ ਤੇਰੇ ਪਾਪੇ ਇੰਦ ਨੂੰ ਆ ਆ ਕੇ ਨਾ ਤੇ ਮੈਂ ਲੈ ਗਿਆ ਇੱਕ ਵਾਰੀ ਤੇ ਉਹ ਲੱਗ ਗਈ ਉਹ ਰਗੜੀ ਗਈ ਗੱਡੀ ਤੇ ਮੈਂ ਲਿਆ ਕੇ ਦਵਾ ਦਵ ਨਾ ਮਾਤਾ ਨੂੰ ਪਤਾ ਲੱਗ ਗਿਆ ਮੈਂ ਛਾੜ ਪਾਤਾ ਉੱਤੇ ਕਿ ਪਤਾ ਮਤਲਬ ਪੂਰਾ ਕਵਰ ਕਵਰ ਕਰ ਅੱਛਾ ਮਤਲਬ ਨਾ ਉਹ ਕਵਰ ਕਰਤਾ ਹਾਂਜੀ ਤੇ ਫੜਿਆ ਮੈਂ اسی ਚੱਕਰ ਚ ਗਿਆ ਡੈਡੀ ਘਰ ਆਏ ਤੇ ਡੈਡੀ ਨੇ ਕਿਉਂਕਿ ਮੈਂ ਉਹਨਾਂ ਨੂੰ ਪਤਾ ਵੀ ਇਹ ਤੇ ਇਹਨੂੰ ਤੇ ਕਹਿ ਕਹਿ ਕੇ ਉੱਤੇ ਕਵਰ ਕਰਾਉਣੀ ਪੈਂਦੀ ਐ ਤੂੰ ਜਦੋਂ ਕਵਰ ਵੇਖੀ ਉਹਨਾਂ ਨੇ ਤੇ ਉਤੋਂ ਤੁਹਾਨੂੰ ਪਤਾ ਪੰਜਾਬ ਦੀਆਂ 90% ਮਾਵਾਂ ਨੂੰ ਤੁਸੀਂ ਭਾਵੇਂ ਸਾਰਾ ਦਿਨ ਤਰਲੇ ਕੱਢਦੇ ਮੰਮੀ ਡੈਡੀ ਨੂੰ ਨੰਦ ਸੀ ਪਰ ਪਤਾ ਹੀ ਨਹੀਂ ਉਹ ਕਿਹੜਾ ਵੇਲਾ ਲੱਭ ਕੇ ਉਹ ਦੱਸ ਦਿੰਦੀਆਂ ਵਾ ਤੇ ਉਹ ਵਾਸ ਜਦੋਂ ਸਾਨੂੰ ਗਾਲਾਂ ਪਾਈਆਂ ਉਦੋਂ ਹੀ ਪਤਾ ਲੱਗਾ ਵੀ ਮੰਮੀ ਨੇ ਪਾਰਟੀ ਬਦਲਦੀ ਸੀਗੀ ਕੋਈ ਬਚ ਨਹੀਂ ਪਈ ਸਿਰਫ ਗਾਲਾਂ ਹੀ ਮਿਕ ਨਹੀਂ ਉਹ ਕੁੱਟਦੇ ਹੀ ਨਹੀਂ ਸੀਗੇ ਮਤਲਬ ਸ਼ਾਇਦ ਮਤਲਬ ਅੱਜ ਵੀ ਮੈਂ ਮਿਸ ਕਰਦਾ ਆਪਣੇ ਮਦਰ ਫਾਦਰ ਨੂੰ ਤੇ ਉਹਨਾਂ ਕਦੀ ਕੁੱਟਿਆ ਨਹੀਂ ਪਰ ਉਹਨਾਂ ਦੇ ਦਬਕੇ ਮਤਲਬ ਹੁਣ ਮੇਰੇ ਕੋ ਨਹੀਂ ਹੈਗੇ ਤੇ ਮੈਂ ਮੈਂ ਉਹ ਜਿਹੜੇ ਦਬਕੇ ਵੀ ਮੈਂ ਇਹ ਸੋਚਦਾ ਵੀ ਅੱਜ ਜੇ ਹੁੰਦੇ ਵੀ ਸ਼ਾਇਦ ਅੱਜ ਕੁੱਟ ਵੀ ਲੈਂਦੇ ਤੇ ਕੋਈ ਗੱਲ ਨਹੀਂ ਪਰ ਹੁੰਦੇ ਜ਼ਰੂਰ ਮਤਲਬ ਕੋਲ ਹੁੰਦੇ ਮੇਰੇ ਹਾਂ ਬਿਲਕੁਲ ਕਹਿੰਦੇ ਨੇ ਕਿ ਜਿਹੜੀ ਅਨਮੋਲ ਚੀਜ਼ਾਂ ਹੁੰਦੀਆਂ ਹਨ ਮੋਲ ਚੀਜ਼ਾਂ ਉਹ ਨੇੜੇ ਜਦੋਂ ਹੁੰਦੀਆਂ ਹਨ ਆਦੋਂ ਸ਼ਾਇਦ ਅਸੀਂ ਨਹੀਂ ਉਹਨਾਂ ਫੀਲ ਕਰਦੇ ਹਾਂ ਬਟ ਜਾਣ ਤੋਂ ਬਾਅਦ ਹੀ ਜਿਹੜਾ ਹੈ ਨਾ ਹੁੰਦਾ ਸੋ ਕਿ ਦੋ ਚੀਜ਼ਾਂ ਰਹਿ ਗਈਆਂ ਕਦੀ ਇੱਕ ਹੈ ਤੁਹਾਡੇ ਦੋਨਾਂ ਤੋਂ ਮੁੰਡਿਆਂ ਤੋਂ ਸੇਮ ਸਵਾਲ ਹੈ ਤੁਹਾਨੂੰ ਥੋੜਾ ਜਿਹਾ ਮਤਲਬ ਚੇਂਜ ਕਰਕੇ ਪੁੱਛਣਾ ਪਏਗਾ ਕਦੀ ਸਕੂਲ ਜਾਂ ਕਾਲਜ ਟਾਈਮ ਕਿਸੇ ਕੁੜੀ ਪਿੱਛੇ ਗੇੜੀਆਂ ਮਾਰੀਆਂ ਨਾ ਇਹ ਤਾਂ ਨਹੀਂ ਸੱਚੀ ਨਹੀਂ ਮਾਰੀ ਸੱਚੀ ਮਾਰੀ ਨਹੀਂ ਇਹ ਪਹਿਲਾ ਵੀ ਇੱਕ ਇੰਟਰਵਿਊ ਦਾ ਕੁਐਸਚਨ ਆਇਆ ਸੀ ਹੀ ਸੈਡ ਨੋ ਉਹਨਾਂ ਨੇ ਤਾਂ ਨਾ ਹੀ ਕਹਿਣੀ ਹੈ ਮਤਲਬ ਮੁੰਡੇ ਨੂੰ ਯਾਦ ਵੀ ਨਹੀਂ ਲੱਗਦਾ ਕਈ ਵਾਰ ਜੇ ਮਾਰੀਆਂ ਹੋਣ ਤਾਂ ਵੀ ਮੈਂ ਪਹਿਲਾਂ ਨਾ ਕਿਹਾ ਹੋਇਆ ਹੈ ਕੰਸਿਸਟੈਂਟ ਅਨਸਿਸਟੈਂਸ ਜਿਹੜਾ ਆਨਸਰ ਹੈਗਾ ਉਹ ਕਿ ਨਹੀਂ ਮਾਰਿਆ ਕਿ ਨਹੀਂ ਮੈਂ ਕਿਹੜੀ ਤੁਸੀਂ ਦੇਖੋ 17 ਕੁਸ਼ਨਾ ਮਾਰਿਆ ਦੇਖੋ ਮੈਂ ਤਾਂ ਜਵਾਬ ਦੇਖੋ ਮੈਂ ਮਾਰੀਆਂ ਨਹੀਂ ਮੇਰੇ ਤੋਂ ਭੱਜ ਗਈਆਂ ਦੇਖੋ ਬਦੋਂ ਬਦੀਆਂ ਭੱਜ ਗਈਆਂ ਪਰਮਾਤਮਾ ਸਭ ਕੁਝ ਕਰਾਉਂਦਾ ਹੈ ਬੰਦੇ ਕੋਲ ਆ ਵੀ ਪਰਮਾਤਮਾ ਕਰਦਾ ਹੈ ਪਰਮਾਤਮਾ ਨੇ ਹੀ ਮੈਨੂੰ ਕਿਹਾ ਵੀ ਗੇੜੀਆਂ ਮਾਰ ਤੇ ਮੈਂ ਮਾਰ ਦਿੱਤੀਆਂ ਗੇੜੀਆਂ ਮੈਂ ਕੁਝ ਨਹੀਂ ਕੀਤਾ ਪਰ ਹੁਣ ਮੈਂ ਵਿਆਹਿਆ ਗਿਆ ਤੇ ਮੈਂ ਹੁਣ ਦੇਖੋ ਹੁਣ ਮੈਂ ਸਭ ਕੁਝ ਪਰਮਾਤਮਾ ਹੀ ਹੈ ਜੀ ਦੇਖੋ ਹੁਣ ਮੋਮ ਆਇਆ ਤਾਂ ਦੂਰ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ